मैं मूर्ख के केतक बात है, कोट पराती तरियारे, गुरु नानक जिन सुनिया पेखिया, से फिर गर्भासन परिया रे, हर कथा शब्द मन साए, ए मत तेरी थिर रह, ता परम विचों जाए। परम सर्वान जो गुरु प्यारे सत्संग जीओ ਭਗਵਾਨ ਵਾਲੇ ਹਾਂ ਸਹਿਬ ਕਮਾਲ ਦੁਦਹਨਾ ਦੇ ਵਾਲੀ ਚਲ ਛਤਰ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬੋਧੇ ਅੰਦਰ ਪਵਿੱਤਰ ਵੇਲੇ ਤੋਂ ਹਾਜ਼ਰੀਆਂ ਭਰਦੇ ਹਾਂ। ਨਾਨਕ ਸ਼ਾਹੀ 550 ਸਾਲਾ ਅੱਜ ਆਰੰਭ ਹੋਇਆ ਹੈ। ਇਹ ਦੇਸੀ ਸਾਲ ਦੇ ਇੱਕ ਨਵਾਂ ਮਹੀਨਾ ਚੇਤ ਅੱਜ ਆਰੰਭ ਹੋਇਆ ਹੈ। ਹਰ ਨਵਾਂ ਸਾਲ ਇੱਕ ਨਵੇਂ ਦਿਨ ਨਾਲ ਆਰੰਭ ਹੁੰਦਾ ਹੈ। ਅੱਜ ਕੇਵਲ ਨਾਨਕ ਸ਼ਾਹੀ 550 ਸਾਲ ਨਹੀਂ ਆਰੰਭ ਹੋਇਆ, ਉਹਦੇ ਨਾਲ ਦੇਸੀ ਸਾਲ ਦੇ ਨਾਲ ਦੇਸੀ ਮਹੀਨਾ ਚੇਤ ਦਾ ਵੀ ਆਰੰਭ ਹੋਇਆ ਹੈ। ਤੇ ਦੇਸੀ ਮਹੀਨੇ ਦੀ ਪਹਿਲੀ ਤਰੀਕ ਨੂੰ ਸੰਗਰਾਂਦ ਕਿਹਾ ਜਾਂਦਾ ਹੈ। ਦੇਸੀ ਮਹੀਨੇ ਦੀ ਪਹਿਲੀ ਤਰੀਕ ਨੂੰ ਸੰਗਰਾਂਦ ਕਿਹਾ ਜਾਂਦਾ ਹੈ। ਸੰਗਰਾਂਦ ਦਾ ਕੀ ਅਰਥ ਹੈ? ਇਹ ਹਜ਼ੂਰ ਪਿਤਾ ਨੇ ਆਪਣੀ ਸਾਰੀ ਪਾਵਨ ਬਾਣੀ ਦੇ ਅੰਦਰ ਕੀ ਸੰਗਰਾਂਦ ਸ਼ਬਦ ਦੀ ਵਰਤੋਂ ਕੀਤੀ ਹੈ? 12ਵਾਂ ਦੀ ਪਾਵਨ ਬਾਣੀ ਅੰਦਰ ਮਾਲਕ ਪਿਤਾ ਸਾਨੂੰ ਕੀ ਉਪਦੇਸ਼ ਦਿਲ ਕਰਾਉਂਦੇ ਨੇ? ਉਸ ਉਪਦੇਸ਼ ਨੂੰ ਸਮਝਣ ਤੇ ਆਪਣੇ ਹਿਰਦੇ ਵਿੱਚ ਵਸਾਉਣ ਲਈ ਅਸੀਂ ਅੰਮ੍ਰਿਤ ਵੇਲੇ ਤੋਂ ਮਾਲਕ ਦੀ ਪਾਵਨ ਗੋਦੇ ਅੰਦਰ ਜ਼ਰੂਰ ਇਕੱਤਰ ਹੋਏ ਹਾਂ। ਆਓ ਸਾਰੇ ਜਣੇ ਆਪੋ ਆਪਣੀ ਹਾਜ਼ਰੀਆਂ ਲਵਾਉਂਦੇ ਹਾਂ, ਬੜੇ ਪਿਆਰ ਤੇ ਸਤਿਕਾਰ ਦੇ ਨਾਲ ਗੱਜ ਵੱਜ ਕੇ ਬੋਲੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਰਾਂਦ ਦਾ ਅਰਥ ਹੋਇਆ ਕਰਦਾ ਹੈ ਸੰਕ੍ਰਾਂਤੀ। ਵਿਦਵਾਨਾਂ ਦਾ ਮੰਨਣਾ ਹੈ ਕਿ 12 ਰਾਸਾਂ ਨੇ ਜਿਹਦੇ ਤੋਂ ਲੋਕਾਂ ਨੇ ਰਾਸ਼ੀਆਂ ਬਣਾ ਦਿੱਤੀਆਂ, ਕੁੰਭ, ਮੇਦ, ਮੀਨ। ਕਿਹਾ ਜਾਂਦਾ ਹੈ 12 ਰਾਸਾਂ ਨੇ ਤੇ ਹਰ ਨਵੇਂ ਮਹੀਨੇ ਦੀ ਜਿਸ ਦਿਨ ਆਰੰਭਤਾ ਹੁੰਦੀ ਹੈ ਉਸ ਪਹਿਲੀ ਤਰੀਕ ਨੂੰ ਸੰਗਰਾਂਦ ਇਸ ਲਈ ਕਿਹਾ ਜਾਂਦਾ ਹੈ ਕਿ ਸੂਰਜ ਇੱਕ ਰਾਸ ਨੂੰ ਛੱਡ ਕੇ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ। ਜਿਸ ਦਿਨ ਸੂਰਜ ਇੱਕ ਰਾਸ ਨੂੰ ਛੱਡ ਕੇ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ ਉਸ ਦਿਨ ਨੂੰ ਸੰਗਰਾਂਦ ਕਿਹਾ ਜਾਂਦਾ ਹੈ। ਕਿੰਨੀ ਅਜਬ ਗੱਲ ਹੈ, ਸੂਰਜ ਵੀ ਇੱਕ ਰਾਸ ਨੂੰ ਛੱਡ ਕੇ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਅਸੀਂ ਆਪਣੇ ਜੀਵਨ ਵਿਚਲੀਆਂ ਕਮਜ਼ੋਰੀਆਂ ਨੂੰ, ਘਾਟਾਂ ਨੂੰ, ਭੈੜੀਆਂ ਆਦਤਾਂ ਨੂੰ ਛੱਡ ਕੇ ਨਵੇਂ ਰਸਤੇ ਤੇ ਗੁਰੂ ਮੁਤਾਬਕ ਦੱਸੇ ਹੋਏ ਗੁਣਾਂ ਨੂੰ ਧਾਰਨ ਕਰਨ ਲਈ ਤਿਆਰ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸੱਜਣਾ ਜਿਤਨਾ ਚਿਰ ਤੱਕ ਗੁਰੂ ਦੇ ਦੱਸੇ ਹੋਏ ਰਸਤੇ ਮੁਤਾਬਕ ਨਹੀਂ ਨਾ ਚੱਲੇਗਾ ਉਤਨਾ ਚਿਰ ਤੱਕ ਜੀਵਨ 'ਚ ਆਨੰਦ ਕੋਈ ਨਹੀਂ ਆਉਂਦਾ। ਸਾਰੀ ਦੀ ਸਾਰੀ ਪਾਵਨ ਬਾਣੀ ਦੇ ਅੰਦਰ
ਭਾਗਾਂ ਵਾਲੇ ਹੋਣਗੇ ਗੁਰੂ ਕੇ ਪਿਆਰ ਵਾਲੇ, ਜਿਨ੍ਹਾਂ ਨੇ ਆਪ ਸਹਿਜ ਪਾਠ ਕੀਤਾ ਹੋਵੇਗਾ, ਆਪ ਸਹਿਜ ਸਾਰੀ ਪਾਵਨ ਬਾਣੀ ਦੇ ਦਰਸ਼ਨ ਪੜ੍ਹ ਕੇ ਕੀਤੇ ਹੋਣਗੇ। ਤੇ ਖਿਆਲ ਕਰਨਾ, ਸਾਰੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਸੰਗਰਾਂਦ ਸ਼ਬਦ ਨਹੀਂ ਹੈ। ਅੱਜ ਮਹੀਨੇ ਦਾ ਵਾਕ ਸੁਣਨ ਲਈ ਮਾਲਕ ਦੇ ਚਰਨਾਂ 'ਚ ਅਰਦਾਸ ਕਰਨ ਲਈ ਜੁੜੇ ਇਕੱਤਰ ਹੋਏ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ, ਉਹ ਜਿੱਥੇ ਇੱਕ ਨਵਾਂ ਸਾਲ ਆਰੰਭ ਹੋਇਆ, ਉੱਥੇ ਸਾਡੀ ਜ਼ਿੰਦਗੀ ਦਾ ਇੱਕ ਨਵਾਂ ਮਹੀਨਾ ਅਤੇ ਨਵਾਂ ਦਿਨ ਆਰੰਭ ਹੋਇਆ ਹੈ। ਇਹ ਦਿਨ ਆਨੰਦਮਈ, ਇਹ ਜੀਵਨ ਆਨੰਦਮਈ ਬਤੀਤ ਹੋਵੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬੜੀ ਕਿਰਪਾ ਕੀਤੀ, ਸਾਨੂੰ ਜੀਵਨ ਦਾ ਹਰ ਪਲ ਆਨੰਦਮਈ ਕਿਵੇਂ ਬਣਾਇਆ ਜਾ ਸਕਦਾ ਹੈ, ਪਾਵਨ ਬਾਰਾਂਮਾਂ ਦੀ ਬਾਣੀ ਉਚਾਰਨ ਕੀਤੀ। ਆਪ ਦੇ ਗਿਆਨ ਲਈ ਦਸ ਬੇਨਤੀ ਕਰ ਦੇਵੇ ਕਿ ਬਾਰਾਂ ਮਾਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਪਹਿਲਾਂ ਵੀ ਲੋਕ ਪੜ੍ਹਦੇ ਸਨ। ਕਰੀਬ ਕਰੀਬ 120 ਦੇ ਕਰੀਬ ਬਾਰਾਂ ਮਾਹ ਲਿਖੇ ਹੋਏ ਮਿਲਦੇ ਨੇ। ਉਹ ਬਾਰਾਂ ਮਾਹ ਲੋਕ ਗੀਤ ਦੇ ਰੂਪ ਚ ਪੜ੍ਹੇ ਜਾਂਦੇ ਸੀ, ਜਿਵੇਂ ਸਾਡੇ ਪੰਜਾਬੀ ਸੱਭਿਆਚਾਰ ਚ ਲੋਕ ਗੀਤ ਹੋਇਆ ਕਰਦੇ ਨੇ, ਉਵੇਂ ਲੋਕ ਗੀਤ ਦੇ ਤੌਰ ਤੇ ਉਹ ਬਾਰਾਂ ਮਾਹ ਪੜ੍ਹੇ ਜਾਂਦੇ ਸਨ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਤੁਸੀਂ ਕੱਚੀਆਂ ਰਚਨਾਵਾਂ ਪੜ੍ਹ ਕੇ, ਕੱਚੇ ਗੀਤ ਪੜ੍ਹ ਕੇ ਜ਼ਿੰਦਗੀ ਨੂੰ ਮਾਨਣਾ ਚਾਹੁੰਦੇ ਹੋ, ਆਓ ਮੈਂ ਤੁਹਾਨੂੰ ਦੱਸਾਂ ਕਿ ਜ਼ਿੰਦਗੀ ਨੂੰ ਕਿਵੇਂ ਆਨੰਦਪੂਰ ਭਰਪੂਰ ਬਣਾ ਕੇ ਮਾਣਿਆ ਜਾ ਸਕਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਰਾਂਵਾਂ ਜੋ ਲੋਕ ਗੀਤ ਦੇ ਰੂਪ 'ਚ ਪੜ੍ਹਦੇ ਸਨ, ਉਸ ਪਾਵਨ ਉਪਦੇਸ਼ ਨੂੰ ਗੁਰੂ ਪਾਤਸ਼ਾਹ ਨੇ ਬਾਰਾਂਵਾਂ ਦੀ ਬਾਣੀ ਅੰਦਰ ਅੰਕਿਤ ਕਰ ਦਿੱਤਾ। ਕਿਉਂਕਿ ਜੋ ਗੱਲਾਂ ਉਸ ਸਮੇਂ ਲੋਕਾਂ ਵਿੱਚ ਪ੍ਰਚਲਿਤ ਸਨ, ਜਿਵੇਂ ਕਿ ਵਿਆਹ ਸਮੇਂ ਘੋੜੀਆਂ ਗਾਈਆਂ ਜਾਂਦੀਆਂ ਸਨ, ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਘੋੜੀਆਂ ਦੀ ਬਾਣੀ ਰਚ ਦਿੱਤੀ। ਭਾਵ ਲੋਕ ਘੋੜੀਆਂ ਗਾ ਕੇ ਖੁਸ਼ੀ ਮਹਿਸੂਸ ਕਰਨਾ ਚਾਹੁੰਦੇ ਸਨ, ਸਾਹਿਬ ਕਹਿਣ ਲੱਗੇ ਸਦੀਵੀ ਖੁਸ਼ੀ ਨਹੀਂ ਆ, ਆਓ ਮੈਂ ਤੁਹਾਨੂੰ ਸੱਚੀਆਂ ਘੋੜੀਆਂ ਗਾਉਣੀਆਂ ਦੱਸਾਂ, ਜਿਹਦੇ ਨਾਲ ਜੀਵਨ ਵਿੱਚ ਸਦੀਵੀ ਸੁੱਖ ਆ ਜਾਏ। ਕਿਸੇ ਦੇ ਮਰਨੇ ਤੇ ਅਲਾਣੀਆਂ ਬੀਬੀਆਂ ਗਾਉਂਦੀਆਂ ਸਨ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਆਓ ਤੁਹਾਨੂੰ ਸੱਚੀ ਅਲਾਣੀ ਦੱਸਾਂ, ਜਿਹਦੇ ਨਾਲ ਜਨਮ ਸਫਲਾ ਹੋ ਜਾਏ। ਸਤਿਗੁਰ ਸੱਚੇ ਪਾਤਸ਼ਾਹ ਨੇ ਅਲਾਣੀਆਂ ਦੀ ਪਾਵਨ ਬਾਣੀ ਰਚ ਦਿੱਤੀ। ਸਿੱਠਣੀਆਂ ਗਾਈਆਂ ਜਾਂਦੀਆਂ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਜੋ ਲੋਕਾਂ ਵਿੱਚ ਪ੍ਰਚਲਿਤ ਸਨ ਰੀਤਾਂ, ਉਹਨਾਂ ਪ੍ਰਚਲਿਤ ਰੀਤਾਂ ਨੂੰ ਲੈ ਕੇ ਮੇਰੇ ਮਾਲਕ ਪਿਤਾ ਨੇ ਰੱਬੀ ਉਪਦੇਸ਼ ਦਿੱਤਾ। ਜੇ ਲੋਕ ਘੋੜੀਆਂ ਗਾਉਂਦੇ ਸਨ, ਸਤਿਗੁਰਾਂ ਨੇ ਘੋੜੀਆਂ ਦੀ ਬਾਣੀ ਉਚਾਰਨ ਕਰਕੇ ਉੱਚੇ ਰੱਬੀ ਉਪਦੇਸ਼ ਦਿੱਤਾ। ਜੇ ਲੋਕ ਕਿਸੇ ਮਰਨੇ ਤੇ ਅਲਾਣੀਆਂ ਪਾਉਂਦੇ ਸਨ, ਕੀਰਤਨ ਪਾਉਂਦੇ ਸਨ, ਸਤਿਗੁਰ ਸੱਚੇ ਪਾਤਸ਼ਾਹ ਨੇ ਅਲਾਣੀ ਦੀ ਪਾਵਨ ਬਾਣੀ ਉਚਾਰ ਕੇ ਉਹਦੇ ਵਿੱਚ ਰੱਬੀ ਉਪਦੇਸ਼ ਦੇ ਦਿੱਤਾ। ਜੇ ਲੋਕ ਗੀਤ ਗਾਉਂਦੇ ਸਨ ਬਾਰਾਂ ਮਾਹ ਦੇ ਰੂਪ ਵਿੱਚ, ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਾਰਾਂ ਮਾਹ ਉਚਾਰ ਕੇ ਸਾਨੂੰ ਰੱਬੀ ਉਪਦੇਸ਼ ਦੇਣ ਕਰਾਇਆ, ਜੀਵਨ ਜਿਉਣ ਦਾ ਢੰਗ ਸਿਖਾਇਆ। ਅੱਜ ਦੀ ਵਿਚਾਰ ਦਾ ਜੋ ਪਹਿਲਾ ਪੁਆਇੰਟ ਹੈ ਕਿ ਮੇਰੇ ਹਜ਼ੂਰ ਪਿਤਾ ਦਾ ਬਾਰਾਂ ਮਾਹ ਦੀ ਬਾਣੀ ਰਚਨ ਦਾ ਮਕਸਦ ਕੀ ਸੀ, ਸਾਨੂੰ ਜੇ ਇਹ ਸਮਝ ਵਿੱਚ ਆ ਜਾਏ ਤੇ ਆਪਣੇ ਜੀਵਨ ਨੂੰ ਸੁੱਖ ਭਰਪੂਰ ਬਣਾਉਣ ਦਾ ਸਾਨੂੰ ਸਭ ਤੋਂ ਸੁਖਾਲਾ ਤਰੀਕਾ ਮਿਲ ਜਾਏਗਾ, ਆਨੰਦਮਈ ਬਣਾਉਣ ਦਾ ਤਰੀਕਾ ਮਿਲ ਜਾਏਗਾ। ਇਹ ਸਾਰੀ ਦੀ ਸਾਰੀ ਪਾਵਨ ਬਾਣੀ ਮੇਰੇ ਹਜ਼ੂਰ ਪਿਤਾ ਨੇ ਕੋਈ ਮਕਸਦ ਸੀ, ਜਿਸ ਮਕਸਦ ਨੂੰ, ਜਿਸ ਪਰਪਸ ਨੂੰ ਲੈ ਕੇ ਮੇਰੇ ਮਾਲਕ ਪਿਤਾ ਨੇ ਉਚਾਰਨ ਕੀਤੀ ਹੈ। ਕੀ ਮਕਸਦ ਹੋਵੇਗਾ ਬਾਰਾਂਵਾਂ ਦੀ ਪਾਵਨ ਬਾਣੀ ਉਚਾਰਨਾ, ਮਕਸਦ ਕੀ ਹੋਵੇਗਾ? ਮਕਸਦ ਇਹ ਸੀ ਕਿ ਲੋਕਾਂ ਦੇ ਮਨਾਂ ਵਿੱਚ ਇੱਕ ਭਰਮ ਪਿਆ ਹੋਇਆ ਸੀ ਕਿ ਆਹ ਦਿਨ ਚੰਗਾ ਹੈ, ਆਹ ਦਿਨ ਮਾੜਾ ਹੈ। ਆਹ ਬਸ ਦਿਨਾਂ ਦੇ ਮਾੜੇ ਚੰਗੇ ਹੋਣ ਦਾ ਜੋ ਭਰਮ ਪਿਆ ਹੋਇਆ ਸੀ ਨਾ, ਉਸ ਭਰਮ ਨੂੰ ਦੂਰ ਕਰਨ ਵਾਸਤੇ ਮੇਰੇ ਮਾਲਕ ਪਿਤਾ ਨੇ ਪਾਵਨ ਬਾਣੀ ਜਾਰੀ ਕੀਤੀ ਕਿ ਸਾਡੇ ਮਨ ਵਿੱਚ ਭਰਮ ਰਹੇ ਹੀ ਕੋਈ ਨਾ, ਕਿਉਂਕਿ ਜਿਤਨਾ ਚਿਰ ਤੱਕ ਭਰਮ ਆ ਨਾ, ਉਤਨਾ ਚਿਰ ਤੱਕ ਭਟਕਣਾ ਵੀ ਬਣੀ ਹੋਈ ਹੈ। ਤੇ ਜਿਤਨਾ ਚਿਰ ਤੱਕ ਭਟਕਣਾ ਬਣੀ ਹੋਈ ਹੈ, ਖੱਜਲ ਖੁਆਰੀ ਬਣੀ ਹੋਈ ਹੈ। ਜਿਤਨਾ ਚਿਰ ਤੱਕ ਬੰਦਾ ਖੱਜਲ ਖੁਆਰ ਹੋ ਰਿਹਾ ਹੈ, ਉਹ ਸੁੱਖ ਕਦੀ ਮਾਣ ਸਕਦਾ ਹੈ?
ਜਿਹੜਾ ਬੰਦਾ ਸਾਰਾ ਦਿਨ ਹੀ ਖੱਜਲ ਖੁਆਰ ਹੁੰਦਾ ਰਹੇ, ਅਸੀਂ ਕਹੀਏ ਤਾਂ ਬੜਾ ਸੁੱਖ ਮਾਣ ਰਿਹਾ, ਕਹਿੰਦਾ ਕਾਹਦਾ ਸੁੱਖ ਮਾਣ ਰਿਹਾ, ਸਾਰਾ ਦਿਨ ਹੀ ਖੱਜਲ ਖੁਆਰ 'ਚ ਲੰਘ ਗਿਆ। ਭਰਮ ਭਟਕਣਾ ਦਾ ਕਾਰਨ ਬਣਦਾ ਹੈ, ਭਟਕਣਾ ਖੱਜਲ ਖੁਆਰੀ ਦਾ ਕਾਰਨ ਬਣਦੀ ਹੈ। ਖੱਜਲ ਖੁਆਰ ਹੋਇਆ ਬੰਦਾ ਕਦੀ ਸੁੱਖ ਮਾਣ ਹੀ ਨਹੀਂ ਸਕਦਾ। ਸਤਿਗੁਰਾਂ ਨੇ ਸਭ ਤੋਂ ਪਹਿਲਾਂ ਸਾਡੇ ਜੀਵਨ 'ਚ ਜਿਹੜਾ ਭਰਮ ਸੀ ਨਾ ਉਹ ਦੂਰ ਕੀਤਾ। ਅੱਜ ਵੀ ਸਾਡੇ ਮਨਾਂ 'ਚ ਭਰਮ ਹੈ। ਅਸੀਂ ਹਰ ਮਹੀਨੇ 12ਵਾਂ ਦੀ ਪਾਵਨ ਬਾਣੀ ਦਾ ਇੱਕ ਵਾਕ ਸੁਣ ਕੇ ਆਪਣੇ ਘਰਾਂ ਨੂੰ ਜਾਂਦੇ ਹਾਂ ਤੇ ਭਰਮ ਗੁਰੂ ਕੋਲ ਛੱਡ ਕੇ ਨਹੀਂ ਜਾਂਦੇ। ਗੁਰੂ ਸਾਡੇ ਸਾਰੇ ਭਰਮ ਦੂਰ ਕਰ ਰਿਹਾ। ਸਾਡੇ ਮਨ 'ਚ ਇੱਕ ਭਰਮ ਹੈ ਨਾ, ਆਹ ਦਿਨ ਮਾੜਾ ਆ ਦਿਨ ਚੰਗਾ ਹੈ। ਸਤਿਗੁਰ ਸੱਚੇ ਪਾਤਸ਼ਾਹ ਨੂੰ ਪੁੱਛ ਕੇ ਵੇਖੀ, ਸਤਿਗੁਰੂ ਜੀ ਦਿਨ ਕਿਹੜਾ ਚੰਗਾ ਹੈ ਤੇ ਕਿਹੜਾ ਮਾੜਾ ਹੈ? ਤੇ ਮੇਰੇ ਮਾਤਾ ਪਿਤਾ ਪਾਵਨ ਬਾਣੀ ਅੰਦਰ ਬਚਨ ਪਏ ਕਰਦੇ ਨੇ, ਨਾਨਕ ਸੋਈ ਦਿਨ ਸੁਹਾਵੜਾ, ਉਹ ਦਿਨ ਸੋਹਣਾ ਹੈ ਜਿਤ ਪ੍ਰਭ ਆਵੈ ਚਿਤ। ਜਿਸ ਦਿਨ ਪਰਮਾਤਮਾ ਦੀ ਯਾਦ ਸਾਡੇ ਮਨ 'ਚ ਬਣੀ ਹੋਈ ਨਾ, ਦਿਨ ਬੜਾ ਸੋਹਣਾ ਹੈ। ਉਹਦੇ ਤੋਂ ਵਧੀਆ ਦਿਨ ਕੋਈ ਹੋ ਹੀ ਨਹੀਂ ਸਕਦਾ। ਇਸੇ ਕਰਕੇ ਸਾਡੇ ਇੱਕ ਸਿੱਖ ਸੱਭਿਆਚਾਰ ਵਿੱਚ ਕਹਿ ਲਈਏ ਜਾਂ ਸਾਡੇ ਪੁਰਖਾਂ ਵੱਲੋਂ ਇੱਕ ਰੀਤ ਸਮਝ ਲਈਏ, ਇੱਕ ਜਦੋਂ ਕੋਈ ਕੰਮ ਕਰਦੇ ਸਭ ਪਰਮਾਤਮਾ ਨੂੰ ਯਾਦ ਕਰਕੇ ਅਰਦਾਸ ਦੇ ਰੂਪ 'ਚ, ਉਹਦਾ ਮੀਨਿੰਗ ਕੀ ਸੀ? ਕੰਮ ਤਾਂ ਅਸੀਂ ਕਰਨਾ ਸੀ ਪਰਮਾਤਮਾ ਨੂੰ ਇੱਕ ਯਾਦ ਕਰਨਾ ਸੀ। ਜੇ ਸਾਡੇ ਮਨ 'ਚ ਪਰਮਾਤਮਾ ਦੀ ਯਾਦ ਬਣੀ ਰਹਿਣੀ ਸੀ ਤੇ ਸਾਡਾ ਕੰਮ ਵੀ ਵਧੀਆ ਹੋ ਜਾਣਾ ਸੀ, ਸਾਡਾ ਦਿਨ ਵੀ ਵਧੀਆ ਲੰਘ ਜਾਂਦਾ ਸੀ। ਇਹ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਹੋਈਆਂ ਕਰਦੀਆਂ ਨਾ, ਇਹਨਾਂ ਪਿੱਛੇ ਕੁਝ ਰਮਜ਼ ਹੋਇਆ ਕਰਦੀ ਹੈ, ਕੋਈ ਭਾਵਨਾ ਹੋਇਆ ਕਰਦੀ ਹੈ। ਸਹਿਬ ਕਹਿਣ ਲੱਗੇ, ਦਿਨ ਮਾੜਾ ਉਹ ਹੈ ਜਿਤ ਦਿਨ ਵਿਸਰੇ ਪਾਰ ਬ੍ਰਹਮ, ਜਿਸ ਦਿਨ ਸਾਡੇ ਮਨ 'ਚ ਪਰਮਾਤਮਾ ਦੀ ਯਾਦ ਵਿਸਰ ਗਈ। ਫਿਰ ਭਲੇਰੀ ਰੁੱਤ, ਸਹਿਬ ਕਹਿੰਦੇ ਉਹ ਦਿਨ ਵੀ ਮਾੜਾ ਤੇ ਰੁੱਤ ਵੀ ਮਾੜੀ ਹੈ ਜਿਸ ਦਿਨ ਪਰਮਾਤਮਾ ਦੀ ਯਾਦ ਹੋਈ ਨਹੀਂ। ਅਸੀਂ ਇਹ ਵੀ ਮਨ 'ਚ ਭਰਮ ਬਣਾ ਕੇ ਬੈਠੇ ਹੋਏ, ਵੀਰਵਾਰ ਕੱਪੜੇ ਨਹੀਂ ਧੋਣੇ, ਸਿਰ ਨਹੀਂ ਧੋਣਾ, ਸ਼ਨੀਵਾਰ ਲੋਹਾ ਨਹੀਂ ਖਰੀਦਣਾ, ਤੇ ਜੇ ਸਾਨੂੰ ਸ਼ਨੀਵਾਰ ਲੋਹਾ ਖਰੀਦਿਆ $20,000 ਦਾ ਪ੍ਰੋਫਿਟ ਹੁੰਦਾ ਹੋਵੇ, ਕੀ ਖਰੀਦਾਂਗੇ ਕਿ ਨਹੀਂ ਖਰੀਦਾਂਗੇ? ਇੱਕ ਸੋਚਣ ਵਾਲੀ ਗੱਲ ਹੈ। ਜੇ ਵੀਰਵਾਰ ਮੈਂ ਲੌਂਡਰੀ ਦਾ ਕੰਮ ਸ਼ੁਰੂ ਕਰ ਲੈਂਦਾ, ਕੱਪੜੇ ਧੋਣ ਦੀ ਕੋਈ ਦੁਕਾਨ ਸ਼ੁਰੂ ਕਰ ਲੈਂਦਾ, ਮੈਨੂੰ ਵੀਰਵਾਰ ਜ਼ਿਆਦਾ ਕਮਾਈ ਹੁੰਦੀ ਹੈ ਕਿ ਮੈਂ ਵੀਰਵਾਰ ਕਰ ਦਊਂਗਾ? ਜਿਸ ਦਿਨ ਨੂੰ ਮੈਂ ਮਾੜਾ ਕਹਿ ਰਿਹਾ ਹਾਂ, ਜੋ ਉਸ ਦਿਨ ਮੈਨੂੰ ਸਾਰੇ ਦਿਨਾਂ ਨਾਲੋਂ ਵੱਧ ਪ੍ਰੋਫਿਟ ਹੁੰਦਾ ਹੋਵੇ, ਕਿ ਮੈਂ ਲਵਾਂਗਾ ਕਿ ਨਹੀਂ ਲਵਾਂਗਾ? ਸਾਰਾ ਕੁਝ ਮੇਰੇ ਸਵਾਰਥ ਤੇ ਖੜਾ ਹੈ। ਜਿੱਥੇ ਮੇਰਾ ਸਵਾਰਥ ਪੂਰਾ ਹੁੰਦਾ ਪਿਆ ਹੈ ਨਾ, ਮੈਂ ਉੱਥੇ ਮਾੜੇ ਦਿਨ ਮਾੜੇ ਚੰਗੇ ਦਿਨ ਨੂੰ ਨਹੀਂ ਵੇਖਾਂ। ਮੈਂ ਕਿਹਾ ਮੈਨੂੰ ਪ੍ਰੋਫਿਟ ਹੋ ਰਿਹਾ, ਮੈਨੂੰ ਲਾਭ ਹੋ ਰਿਹਾ, ਮਾੜੇ ਦਿਨ ਮਾੜੇ ਚੰਗੇ ਦਿਨ ਨੂੰ ਬਾਅਦ 'ਚ ਵੇਖਾਂ, ਪਰ ਮੈਂ ਲਾਭ ਵੇਖਾਂ, ਮੈਨੂੰ ਲਾਭ ਕਹਿੰਦੇ। ਇਹ ਕੇਵਲ ਤਾਂ ਕੇਵਲ ਭਰਮਾਂ ਵਿੱਚ ਪਾ ਕੇ ਲੁੱਟਣ ਦੇ ਕਾਰਨ ਨੇ, ਹੋਰ ਇਸ ਤੋਂ ਵੱਧ ਕੁਝ ਵੀ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦਾ ਪਹਿਲਾ ਮਕਸਦ ਸੀ ਸਾਡੇ ਮਨਾਂ ਵਿੱਚੋਂ ਭਰਮ ਨੂੰ ਦੂਰ ਕਰਨਾ, ਦੂਜਾ 12ਵਾਂ ਦੀ ਪਾਵਨ ਬਾਣੀ ਉਚਾਰਨ ਦਾ। ਕਿਉਂਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਪਤਾ ਨਹੀਂ ਕਿੰਨੀ ਕੁ ਵਾਰੀ ਗੁਰਦੁਆਰੇ ਆ ਕੇ ਮਹੀਨੇ ਦਾ ਵਾਕ ਸੁਣ ਲਿਆ ਤੇ 12ਵਾਂ ਦੀ ਪਾਵਨ ਬਾਣੀ ਦਾ ਪਾਠ ਵੀ ਪਤਾ ਨਹੀਂ ਕਿੰਨੀ ਕੁ ਵਾਰੀ ਸੁਣ ਲਿਆ, ਪਰ ਸਾਨੂੰ ਅਜੇ ਤੱਕ ਜੇ ਇਹ ਸਮਝ ਆ ਜਾਵੇ ਕਿ ਇਹ ਕਿਸ ਮਕਸਦ ਲਈ ਉਚਾਰਨ ਕੀਤੀ, ਸਾਡਾ ਜੀਵਨ ਆਪਣੇ ਆਪ ਸੁੱਖ ਭਰਪੂਰ ਬਣ ਜਾਏਗਾ। ਦੂਸਰਾ ਜੋ ਕਾਰਨ ਹੈ 12ਵਾਂ ਦੀ ਪਾਵਨ ਬਾਣੀ ਉਚਾਰਨ ਕਰਨ ਦਾ, ਸਤਿਗੁਰ ਸੱਚੇ ਪਾਤਸ਼ਾਹ ਮਨੁੱਖ ਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਸੱਜਣਾ ਤੂੰ ਪਰਮਾਤਮਾ ਤੋਂ ਵਿਛੜਿਆ ਕਿਉਂ ਹੈ? ਅਸੀਂ ਸਾਰੇ ਪਰਮਾਤਮਾ ਨਾਲ ਵਿਛੜੇ ਹੋਏ ਹਾਂ, ਪਰ ਕਿਉਂ ਵਿਛੜੇ ਹਾਂ, ਕਿਸ ਕਾਰਨ ਵਿਛੜੇ ਹਾਂ? ਅਸੀਂ ਆਖਦੇ ਨਾ ਪਰਮਾਤਮਾ ਕਣ ਕਣ 'ਚ ਰਮਿਆ ਹੋਇਆ, ਪਰਮਾਤਮਾ ਸਾਡੇ ਅੰਗ ਸੰਗ ਹੈ। ਪਰਮਾਤਮਾ ਤੇ ਸਾਡੇ ਅੰਗ ਸੰਗ ਹੈ, ਪਰਮਾਤਮਾ ਦੇ ਹਰ ਪਲ ਸਾਡੇ ਨਾਲ ਹੈ, ਪਰ ਮਾਫ ਕਰਨਾ ਅਸੀਂ ਪਰਮਾਤਮਾ ਤੋਂ ਦੂਰ ਹੋ ਗਏ, ਅਸੀਂ ਪਰਮਾਤਮਾ ਵੱਲੋਂ ਮੁੱਖ ਮੋੜ ਲਿਆ, ਅਸੀਂ ਪਰਮਾਤਮਾ ਦੇ ਉਪਦੇਸ਼ ਤੋਂ ਬਹੁਤ ਦੂਰ ਚਲੇ ਗਏ। ਜਿਹਨੂੰ ਇਹ ਸਮਝ ਆ ਗਈ ਨਾ ਕਿ ਮੈਂ ਪਰਮਾਤਮਾ ਤੋਂ ਦੂਰ ਹੋ ਗਿਆ, ਮੇਰੇ ਤੋਂ ਪਰਮਾਤਮਾ ਦੂਰ ਨਹੀਂ ਹੋਇਆ, ਉਹ ਫਿਰ ਇਹ ਬੇਨਤੀ ਕਰਦਾ ਜਿਹੜੀ ਅਸੀਂ ਕਈ ਵਾਰ ਸੁਣੀ ਹੈ ਤੇ ਪੜ੍ਹੀ ਵੀ ਆ, ਹੁਣ ਆਇਆ ਦੂਰੋਂ ਚੱਲ ਕੇ। ਕਿਹੜੀ ਦੂਰੀ ਹੈ? ਇਹ ਸੋਚਣ ਵਾਲੀ ਗੱਲ ਹੈ ਕਿ ਜੋਰਪੁਰ ਤੋਂ ਅਸੀਂ ਆਏ ਹੋ, ਮਲੇਸ਼ੀਆ ਤੋਂ ਆਇਆ, ਕੋਲਾ ਲੰਪੁਰ ਤੋਂ, ਇਹ ਦੂਰੀ ਨਹੀਂ। ਮੈਂ ਗੁਰੂ ਦੇ ਉਪਦੇਸ਼ ਤੋਂ ਦੂਰ ਹੋ ਚੁੱਕਾ ਸਾਂ, ਮੈਂ ਗੁਰੂ ਦੀ ਸਿੱਖਿਆ ਤੋਂ ਦੂਰ ਹੋ ਚੁੱਕਾ ਸਾਂ,
ਸਤਿਗੁਰ ਸੱਚੇ ਪਾਤਸ਼ਾਹ ਜੀ ਮੈਂ ਵਿਕਾਰਾਂ ਵਿੱਚ ਪੈ ਕੇ ਐਬਾਂ ਵਿੱਚ ਪੈ ਕੇ ਤੇਰੇ ਤੋਂ ਬਹੁਤ ਦੂਰ ਚਲਾ ਗਿਆ ਸਾਂ। ਮੈਨੂੰ ਸਮਝ ਆਈ ਤੇਰੇ ਤੋਂ ਟੁੱਟਿਆ ਜੀਵਨ ਦਾ ਸੁੱਖ ਕੋਈ ਨਹੀਂ ਹੈ। ਮੈਨੂੰ ਸਮਝ ਆਈ ਤੇਰੇ ਨਾਲ ਜੁੜ ਕੇ ਹੀ ਜੀਵਨ ਦਾ ਆਨੰਦ ਹੈ। ਉਹ ਆਇਆ ਦੂਰੋਂ ਚੱਲ ਕੇ ਮੈਂ ਉੱਥੋਂ ਵਾਪਸ ਮੁੜ ਆਇਆ। ਮੈਂ ਤੇਰੇ ਤੋਂ ਦੂਰ ਚਲਾ ਗਿਆ, ਮੈਂ ਵਾਪਸ ਮੁੜ ਆਇਆ। ਮੈਂ ਤੱਕੀ ਤੋਂ ਸ਼ਰਨਾਲੀ ਜੀ, ਮੈਂ ਤੇਰੀ ਸ਼ਰਨ ਤੱਕ, ਤੇ ਜਦੋਂ ਤੇਰੀ ਸ਼ਰਨ ਤੱਕੀ ਮੈਨੂੰ ਪਤਾ ਲੱਗਾ ਕਿ ਮੈਂ ਤੇਰੇ ਤੋਂ ਵਿਛੜ ਕਿਉਂ ਗਿਆ। ਜਦੋਂ ਮੈਂ ਤੇਰੀ ਸ਼ਰਨ ਤੱਕੀ ਮੈਨੂੰ ਪਤਾ ਲੱਗਾ ਮੈਂ ਤੇਰੇ ਤੋਂ ਵਿਛੜ ਕਿਉਂ ਗਿਆ। ਸਾਹਿਬ ਕਹਿੰਦੇ ਕਿਰਤ ਕਰਮ ਕੇ ਵਿਛੜੇ, ਇਹ ਪਹਿਲਾ ਸ਼ਬਦ ਜੋ ਬਾਰਾਂ ਮਾਹ ਦਾ ਅੱਜ ਪੜ੍ਹਿਆ ਜਾਣਾ। ਜੋ ਸਾਹਿਬ ਕਹਿੰਦੇ ਕਿਰਤ ਕਰਮ, ਕਿਰਤ ਦਾ ਅਰਥ ਹੁੰਦਾ ਸੁਭਾਅ ਤੇ ਕਰਮ ਦਾ ਅਰਥ ਕਰਮ। ਅਸੀਂ ਆਪਣੇ ਕੀਤੇ ਹੋਏ ਕਰਮਾਂ ਦੇ ਸੁਭਾਅ ਕਾਰਨ ਵਿਛੜ ਚੁੱਕੇ ਹਾਂ ਪਰਮਾਤਮਾ। ਪਰਮਾਤਮਾ ਸਾਡੇ ਤੋਂ ਦੂਰ ਨਹੀਂ ਹੋਇਆ, ਅਸੀਂ ਕਰਮ ਹੀ ਕੁਝ ਅਜਿਹੇ ਕਰਨੇ ਸ਼ੁਰੂ ਕਰਤੇ, ਸਾਡਾ ਸੁਭਾਅ ਉਹਦੇ ਅਨੁਕੂਲ ਹੋ ਗਿਆ, ਅਸੀਂ ਆਪਣੇ ਸੁਭਾਅ ਦੇ ਮੁਤਾਬਕ ਸਾਰੇ ਕੰਮ ਕਰਦੇ ਗਏ, ਆਪਣੀਆਂ ਪੱਕੀਆਂ ਹੋਈਆਂ ਆਦਤਾਂ ਦੇ ਮੁਤਾਬਕ ਹੀ ਸਾਰੇ ਕੰਮ ਕਰਦੇ ਚਲੇ ਗਏ, ਤੇ ਪਰਮਾਤਮਾ ਨਾਲੋਂ ਦੂਰ ਹੋ ਗਏ। ਪਰਮਾਤਮਾ ਨੇ ਸਾਨੂੰ ਆਪਣੇ ਤੋਂ ਦੂਰ ਨਹੀਂ ਕੀਤਾ, ਪਰਮਾਤਮਾ ਨੇ ਤਾਂ ਸਾਨੂੰ ਸੰਸਾਰ ਵਿੱਚ ਜਦੋਂ ਭੇਜਿਆ ਸੀ ਨਾ, ਉਦੋਂ ਮਾਤਾ ਦੇ ਗਰਭ ਵਿੱਚ ਵੀ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ ਸੀ। ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ, ਉਹਨੇ ਤਾਂ ਉਦੋਂ ਵੀ ਨਾਲ ਜੁੜ ਕੇ ਰੱਖਿਆ ਸੀ। ਪਰ ਹੁਣ ਅੱਗੋਂ ਸਾਡੇ ਜਦੋਂ ਕੰਮ ਸ਼ੁਰੂ ਹੋਏ ਸੀ, ਪਰਮਾਤਮਾ ਨੂੰ ਦੂਰ ਹੋ ਗਏ। ਕਰ ਕਿਰਪਾ ਮੈਨੂੰ ਰਾਮ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਅਸੀਂ ਆਪਣੇ ਕੀਤੇ ਕਰਮਾਂ ਦੇ ਸੁਭਾਅ ਦੇ ਮੁਤਾਬਕ ਤੇਰੇ ਤੋਂ ਦੂਰ ਹੋ ਗਏ। ਚਾਰ ਕੁੰਟ ਦੈ ਦਿਸ ਭਰਮੇ, ਚਾਰ ਕੁੰਟ ਉੱਤਰ ਦੱਖਣ ਪੱਛਮ ਪੂਰਬ, ਇਹ ਚਾਰ ਦਿਸ਼ਾਵਾਂ ਨੇ ਤੇ ਇਹਦੀਆਂ ਜਿਹੜੀਆਂ ਚਾਰ ਮੁਕਰਾਂ ਨੇ, ਵਿਦਵਾਨ ਕਹਿੰਦੇ ਨੇ ਇਹਨਾਂ ਚਾਰਾਂ ਦਿਸ਼ਾਵਾਂ ਦੀ, ਤੇ ਚਾਰ ਮੁਕਰਾਂ ਹੋ ਗਈ, ਅੱਠ ਹੋ ਗਈਆਂ, ਉੱਪਰ ਹੇਠਾਂ ਦਸ ਹੋ ਗਏ। ਚਾਰ ਕੁੰਟ ਦੈ ਦਿਸ ਭਰਮੇ, ਭਾਵ ਚਾਰੇ ਪਾਸੇ ਫਿਰ ਕੇ ਵੇਖ ਲਿਆ, ਥੱਕ ਆਏ ਪ੍ਰਭ ਕੀ ਸ਼ਾਮ। ਸ਼ਾਮ ਦਾ ਮੀਨਿੰਗ ਹੋਇਆ ਕਰਦਾ ਹੈ ਸ਼ਰਨ, ਤੇ ਅਕਾਲ ਪੁਰਖ ਵਾਹਿਗੁਰੂ ਮੈਂ ਸਾਰੀ ਭੱਜ ਨਸ ਕਰਕੇ ਵੇਖ ਲਿਆ, ਮੈਂ ਤੇਰੀ ਸ਼ਰਨ ਵਿੱਚ ਆ ਰਿਹਾ। ਮੈਨੂੰ ਹੁਣ ਮਹਿਸੂਸ ਹੋਇਆ ਮੈਂ ਤੇਰੇ ਤੋਂ ਵਿਛੜਿਆ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਬੰਦਾ ਪਰਮਾਤਮਾ ਨੂੰ ਵਿਛੜਦਾ ਉਹਦੀ ਹਾਲਤ ਕਿਹੋ ਜਿਹੀ ਹੁੰਦੀ ਹੈ, ਵਿਛੜੇ ਬੰਦੇ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ। ਭਾਵ ਬਾਣੀ ਅੰਦਰ ਸਤਿਗੁਰ ਪਿਤਾ ਦੇ ਬਚਨ ਕਰਦੇ ਨੇ, ਤੇਲ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ, ਜਿਵੇਂ ਗਾਂ ਦੁੱਧ ਦੇਣਾ ਬੰਦ ਕਰ ਦੇਵੇ। ਤੇਲ ਕਹਿੰਦੇ ਨੇ ਗਾਂ ਪਾਓ, ਉਹ ਦੁੱਧ ਦੇਣਾ ਬੰਦ ਕਰ ਦੇਵੇ ਤੇ ਮਾਲਕ ਨੂੰ ਪੱਠੇ ਨਹੀਂ ਕੋਈ ਪਾਉਂਦਾ, ਉਹਦੀ ਸਾਂਭ ਸੰਭਾਲ ਨਹੀਂ ਕਰਦਾ, ਉਹ ਵਿਚਾਰੀ ਸੜਕਾਂ ਤੇ ਘਾਹ ਫੂਸ ਖਾ ਕੇ ਆਪਣਾ ਗੁਜ਼ਾਰਾ ਕਰਦੀ ਹੈ। ਪਾਪ ਉਹਦੀ ਸਾਰ ਨਹੀਂ ਕੋਈ ਲੈਂਦਾ, ਕਿਉਂਕਿ ਹੁਣ ਦੁੱਧ ਤਾਂ ਦਿੰਦੀ ਕੋਈ ਨਹੀਂ ਹੈ ਤੇ ਮਨੁੱਖ ਨੂੰ ਤਾਂ ਲਾਭ ਕੋਈ ਨਹੀਂ। ਹੇ ਅਕਾਲ ਪੁਰਖ ਵਾਹਿਗੁਰੂ, ਤੇਲ ਦੁੱਧੇ ਤੋਂ ਬਾਹਰੀ ਜਿਸ ਤਰ੍ਹਾਂ ਦੀ ਦੁੱਧ ਜਿਸ ਤਰ੍ਹਾਂ ਦੀ ਹਾਲਤ ਉਸ ਗਾਂ ਦੀ ਹੋ ਜਾਂਦੀ ਹੈ ਜਿਹੜੀ ਦੁੱਧ ਦੇਣਾ ਬੰਦ ਕਰ ਦਿੰਦੀ ਹੈ, ਮੇਰੀ ਵੀ ਹਾਲਤ ਉਸ ਤਰ੍ਹਾਂ ਦੀ ਹੋ ਪਈ ਹੈ। ਜਲ ਬਿਨ ਸਾਫ ਕੁਮਲਾਵਤੀ, ਜਿਵੇਂ ਪਾਣੀ ਤੋਂ ਬਿਨਾਂ ਸਾਰੀ ਬਨਸਪਤੀ ਕੁਮਲਾ ਜਾਂਦੀ ਹੈ। ਉਪਜੇ ਨਾ ਹੀ ਦਾਮ, ਉਹ ਬਨਸਪਤੀ ਵਿੱਚੋਂ ਕੋਈ ਚੰਗੀ ਫਸਲ ਨਹੀਂ ਪੈਦਾ ਹੁੰਦੀ, ਤੇ ਚੰਗੀ ਫਸਲ ਨਹੀਂ ਪੈਦਾ ਹੋਵੇਗੀ ਤੇ ਚੰਗਾ ਅਨਾਜ ਨਹੀਂ ਹੋਵੇਗਾ, ਜੇ ਚੰਗਾ ਅਨਾਜ ਨਹੀਂ ਹੋਵੇਗਾ ਤੇ ਚੰਗਾ ਧਨ ਨਹੀਂ ਘਰ ਆਵੇਗਾ। ਫਸਲ ਬੀਜਦੇ ਇਸ ਲਈ ਇੱਕ ਬਾਜ਼ਾਰ ਵੇਚ ਕੇ ਉਹਦੇ ਤੋਂ ਧਨ ਪ੍ਰਾਪਤ ਕਰਨ। ਸਤਿਗੁਰ ਸੱਚੇ ਪਾਤਸ਼ਾਹ ਜੀ, ਪਾਣੀ ਤੋਂ ਬਿਨਾਂ ਜਿਵੇਂ ਫਸਲ ਕਮਲਾ ਜਾਂਦੀ ਹੈ, ਉਵੇਂ ਮੇਰਾ ਵੀ ਜੀਵਨ ਤੇਰੇ ਨਾਮ ਤੋਂ ਬਿਨਾਂ ਕਮਲਾਇਆ ਪਿਆ ਹੈ। ਪਤਾ ਨਹੀਂ ਇਹ ਕਿਹੜੇ ਵੇਲੇ ਸੁੱਕ ਜਾਣਾ ਹੈ ਤੇ ਖਤਮ ਹੋ ਜਾਣਾ। ਹਰ ਨਾਂ ਨਾ ਮਿਲੀਏ ਸਾਜਨੈ, ਕਤ ਪਾਈਏ ਵਿਸ਼ਰਾਮ। ਇਹ ਅਕਾਲ ਪੁਰਖ ਵਾਹਿਗੁਰੂ, ਜਿੰਨਾ ਚਿਰ ਤੱਕ ਤੂੰ ਸਾਨੂੰ ਨਹੀਂ ਮਿਲ ਪੈਂਦਾ, ਸਾਡੇ ਜੀਵਨ ਅੰਦਰ ਟਕਾ ਨਹੀਂ ਹੋਣਾ, ਸੁੱਖ ਨਹੀਂ ਹੋਣਾ, ਸਾਡੇ ਜੀਵਨ ਅੰਦਰ ਵਿਆਕੁਲਤਾ ਬਣੀ ਰਹਿਣੀ ਹੈ, ਭਟਕਣਾ ਬਣੀ ਰਹਿਣੀ ਹੈ, ਜਿਤਨਾ ਚਿਰ ਤੱਕ ਤੂੰ ਨਹੀਂ ਮਿਲ ਜਾਂਦਾ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਜਿਸ ਹਿਰਦੇ ਰੂਪ ਘਰ ਵਿੱਚ ਪਰਮਾਤਮਾ ਵਸਦਾ ਨਹੀਂ ਨਾ। ਭੱਠ ਨਗਰ ਸੇ ਗ੍ਰਾਮ, ਸਾਹਿਬ ਕਹਿੰਦੇ ਨਗਰ ਉਹ ਗ੍ਰਾਮ ਭੱਠੇ ਨੇ, ਭੱਠ ਨੇ, ਉਹਨਾਂ ਚ ਅੱਗ ਵਸਦੀ ਪਈ ਹੈ, ਉਹਨਾਂ ਚ ਕੁਛ ਸੁੱਖ ਨਹੀਂ।
सर्व शिंगार तंबोल रस सन देही सब खान परमात्मा तो बिना जीव रूप स्त्री जिन्ने मर्जी हार शिंगार कर लवे इन्हां दे कीतियां उन्हूं कोई भी आनंद नहीं मिलना क्योंकि सारे व्यर्थ ने। प्रभु स्वामी कंत विहूणियां हे प्रभु जी जिहड़ियां जीव रूप स्त्रियां तेरे तो विछड़ चुकियां ने तेरे तो दूर हो चुकियां ने मीत सजन सब जाम सारे सजन बेली भी उहदे दुश्मन बन जांदे ने उहदी जिंद दे दुश्मन बन जांदे ने। हुण असीं परमेश्वर नाल मिलिए किवें क्योंकि एक तो सानूं पता लग गया असीं परमात्मा नाल विछड़े होए आ ते विछड़ के इह जिही हालत हो जांदी है ते गुरु पातशाह पावन बारहवां दी बाणी दे आखदे ने परमेश्वर नाल मिलिया किवें जाए। सतगुरु आखदे ने नानक की बेनतियां कर कृपा दीजै नाम। हे अकाल पुरख वाहिगुरु जी साडी सारे दी तुहाडे चरणां च बेनती है सानूं अपने नाम की दात दे हर मेलो स्वामी संग प्रभ जिसका नेचर धाम उस अकाल पुरख वाहिगुरु नाल साडा मलाप हो जाए जिहदा घर टिकाणा धाम कहिंदे ने घर टिकाणे नूं जिहदा घर टिकाणा नेचर है सदा कायम रहण वाला है उस अकाल पुरख वाहिगुरु नाल अकाल पुरख वाहिगुरु नाल साडा किते मलाप करा दिओ गुरु जी। बारहवां दी बाणी जीवन दे हर पल नूं हुण आनंदमय बनाउण दा तरीका दसदी ते ए एक निका जा नुकता जो इस नूं जरूर पल्ले बन लैणा। बारहवां दी जिहड़ी पावन बाणी है ना इहदा संबंध बाहरी रुत्तां नाल नहीं जो अज दे बाहर दे महीने है ना आपां ठीक है असीं चेत महीने वाले दिन चेत दा वाक सुणदे आ वसाख महीने नूं वसाख दा वाक सुणदे आ जेठ नूं जेठ दा आके वाक सुणदे आ ठीक है बाणी सुननी कोई माड़ी गल नहीं चंगी गल है सतगुरां ने ਉਹਨਾਂ ਮਹੀਨਿਆਂ ਨੂੰ ਲੈ ਕੇ ਉਹਨਾਂ ਵਿੱਚ ਰੱਬੀ ਉਪਦੇਸ਼ ਦਿੱਤਾ ਪਰ ਬਾਰਾਂਮਾਂ ਦੀ ਪਾਵਨ ਬਾਣੀ ਦਾ ਸੰਬੰਧ ਬਾਹਰਲੇ ਬਾਰਾਂਮਾਂ ਨਾਲ ਨਹੀਂ ਜੋ ਬਾਹਰੀ ਰੁੱਤਾਂ ਨਾਲ ਨਹੀਂ ਜੋ ਬਾਰਾਂਮਾਂ ਦਾ ਸੰਬੰਧ ਸਾਡੇ ਅੰਦਰਲੇ ਜੀਵਨ ਨਾਲ ਹੈ। ਤੁਸੀਂ ਕਹੋਗੇ ਕਿਵੇਂ ਜੇ ਤਾਂ ਬਾਹਰੀ ਰੁੱਤਾਂ ਦੀ ਗੱਲ ਹੋਵੇ ਤੇ ਤੁਸੀਂ ਖਿਆਲ ਕਰਨਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੇਠ ਹਾੜ੍ਹ ਦੇ ਮਹੀਨੇ ਵਿੱਚ ਗਰਮੀ ਦੀ ਤਪਸ਼ ਦੀ ਗੱਲ ਕਰਦੇ ਨੇ ਠੀਕ ਹੈ ਨਾ ਜੇਠ ਮਾਂ ਹਾੜ੍ਹ ਦਾ ਮਹੀਨਾ ਕਿੰਨਾ ਗਰਮ ਹੋਇਆ ਕਰਦਾ ਹੈ ਗਰਮੀ ਤਪਸ਼ ਦੀ ਗੱਲ ਕਰਦੇ ਨੇ ਪਰ ਜੇਕਰ ਅਸੀਂ ਨਿਊਜ਼ੀਲੈਂਡ ਆਸਟ੍ਰੇਲੀਆ ਵਾਲੇ ਬਣੇ ਚਲੇ ਜਾਈਏ ਇਸ ਪਾਸੇ ਤਾਂ ਉਹਨਾਂ ਦਿਨਾਂ 'ਚ ਠੰਡ ਪੈ ਰਹੀ ਹੁੰਦੀ ਕਿਉਂਕਿ ਭੂਗੋਲਿਕ ਸਥਿਤੀ ਨੂੰ ਜੇਕਰ ਦੇਖਿਆ ਜਾਏ ਉਹਦੇ ਅਕੋਰਡਿੰਗ ਤਾਂ ਉਸ ਦਿਨਾਂ 'ਚ ਉੱਥੇ ਠੰਡ ਪੈ ਰਹੀ ਹੁੰਦੀ ਫਿਰ ਜਿੱਥੇ 6-6 ਮਹੀਨੇ ਦਿਨ ਨੇ ਤੇ 6-6 ਮਹੀਨੇ ਰਾਤਾਂ ਨੇ ਜਿੱਥੇ ਅੱਤ ਦੀ ਬਰਫ਼ ਪੈਂਦੀ ਹੈ ਫਿਰ ਉੱਥੇ ਬਾਰਾਂਮਾਂ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਨੇ ਬਾਰਾਂਮਾਂ ਦੀ ਪਾਵਨ ਬਾਣੀ ਭੂਗੋਲਿਕ ਸਥਿਤੀ ਨੂੰ ਮੁੱਖ ਰੱਖ ਕੇ ਨਹੀਂ ਜੋਗ੍ਰਾਫੀ ਨੂੰ ਮੁੱਖ ਰੱਖ ਕੇ ਨਹੀਂ ਸਾਡੇ ਜੀਵਨ ਨੂੰ ਮੁੱਖ ਰੱਖ ਕੇ ਲਿਖੀ ਹੈ ਧਿਆਨ ਦੇਣਾ ਪਹਿਲੀ ਪੰਕਤੀ ਅੰਦਰ ਮੇਰੇ ਮਾਲਕ ਪਿਤਾ ਕਹਿ ਰਹੇ ਨੇ ਚੇਤ ਗੋਬਿੰਦ ਆਰਾਧੀਏ ਹੋਵੇ ਆਨੰਦ ਘਣ ਗੱਲ ਅਸੀਂ ਇਹੋ ਅਰਦਾਸ ਕਰਨੀ ਹੈ ਸਾਡੇ ਜੀਵਨ 'ਚ ਆਨੰਦ ਆਵੇ ਤੇ ਸਾਹਿਬ ਕਹਿੰਦੇ ਆ ਜਾਏਗਾ ਦੇਖੋ ਆਨੰਦ ਤੋਂ ਗੱਲ ਸ਼ੁਰੂ ਕੀਤੀ ਜਿਹੜਾ ਪਿਛਲਾ ਮਹੀਨਾ ਸੀ ਕਿਹੜਾ ਲੰਘਿਆ ਹੈ ਪਿਛਲਾ ਮਹੀਨਾ ਨਵਾਂ ਚੜ੍ਹਿਆ ਨਾ ਨਵਾਂ ਸਾਲ ਪਿਛਲਾ ਮਹੀਨਾ ਫੱਗਣ ਸੀ ਨਾ ਤੇ ਫੱਗਣ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਗੱਲ ਕਿੱਥੋਂ ਮਕਾਈ ਆ ਕੇ ਸ਼ੁਰੂ ਕਿੱਥੋਂ ਕਰਦੇ ਨੇ ਤੇ ਮਕਾਉਂਦੇ ਕਿੱਥੇ ਨੇ ਸ਼ੁਰੂ ਵੀ ਆਨੰਦ ਤੋਂ ਕੀਤੀ ਤੇ ਮਕਾਈ ਵੀ ਆਨੰਦ ਤੇ ਆ ਕੇ ਚੇਤ ਗੋਬਿੰਦ ਆਰਾਧੀ ਹੈ ਹੋਵੇ ਆਨੰਦ ਘਣ ਤੇ ਹੁਣ ਜਿਹੜਾ ਅਖੀਰਲਾ ਮਹੀਨਾ ਹੈ ਕਿਹੜਾ ਹੈ ਫੱਗਣ ਤੇ ਸਤਿਗੁਰੂ ਜੀ ਕੀ ਆਖਦੇ ਨੇ ਫਾਲਗੁਣ ਆਨੰਦ ਉਪਾਰਜਨ ਕਿ ਫੱਗਣ ਦੇ ਮਹੀਨੇ 'ਚ ਤੇਰੇ ਜੀਵਨ 'ਚ ਆਨੰਦ ਹੋ ਜਾਏਗਾ ਫਾਲਗੁਣ ਫੱਗਣ ਤੋਂ ਭਾਵ ਫਾਲਗੁਣ ਫਲ ਗੁਣਾਂ ਦਾ ਫਲ ਜਿਸ ਦਿਨ ਤੇਰੇ ਜੀਵਨ 'ਚ ਲੱਗੇਗਾ ਨਾ ਉਸ ਦਿਨ ਤੇਰਾ ਜੀਵਨ ਆਨੰਦਮਈ ਹੋ ਜਾਏਗਾ ਸਾਰੀ ਦੀ ਸਾਰੀ ਪਾਵਨ ਬਾਰਾਂਮਾਂ ਦੀ ਬਾਣੀ ਜੀਵਨ ਨੂੰ ਆਨੰਦਮਈ ਕਿਵੇਂ ਬਣਾਉਣਾ ਹੈ ਉਹਦੇ ਲਈ ਉਚਾਰਨ ਕੀਤੀ ਗਈ ਹੈ ਇਸੇ ਕਰਕੇ ਆਨੰਦ ਤੋਂ ਗੱਲ ਸ਼ੁਰੂ ਕਰਦੇ ਨੇ ਤੇ ਆਨੰਦ ਤੇ ਆ ਕੇ ਮੁਕਾਉਂਦੇ ਨੇ ਗੁਰੂ ਕਿਰਪਾ ਕਰੇ ਅਸੀਂ ਜੀਵਨ ਨੂੰ ਆਨੰਦਮਈ ਬਣਾਉਣਾ ਸਿੱਖ ਲਈਏ ਅੱਜ ਦੇ ਪਾਵਨ ਵਾਕ ਅੰਦਰ ਮੇਰੇ ਮਾਲਕ ਪਿਤਾ ਆਖਦੇ ਨੇ ਜੀਵਨ ਨੂੰ ਆਨੰਦਮਈ ਬਣਾਉਣ ਦਾ ਪਹਿਲਾ ਸਟੈਪ ਕੀ ਹੈ ਪਰਮਾਤਮਾ ਦੀ ਯਾਦ ਵਿੱਚ ਜੁੜ ਜਾ ਸੰਤ ਜਣਾ ਮਿਲ ਪਾਈਏ ਆਪ ਜੈਸੇ ਸਤਸੰਗੀ ਜਣਾ ਨਾਲ ਮਿਲ ਕੇ ਰਸਨਾ ਨਾਮ ਭਣਾ ਮਨੁੱਖ ਦੇ ਮਨ ਵਿੱਚ ਲਗਨ ਪੈਦਾ ਹੁੰਦੀ ਹੈ ਉਤਸ਼ਾਹ ਪੈਦਾ ਹੁੰਦਾ ਚਾਅ ਪੈਦਾ ਹੁੰਦਾ ਕਿ ਮੈਂ ਵੀ ਪਰਮਾਤਮਾ ਦੀ ਯਾਦ ਵਿੱਚ ਜੁੜਾਂ
जिन पाया प्रभु अपना जिन्होंने अपने मन च परमात्मा की याद नूं वसारिया आए तिसे गणा उन्हां दा संसार च आया सफला समझो। एक खिन तिस बिन जीवना उस परमात्मा तो बिना एक खिन भी जिहड़ा जीवना है ना बिरथा जन्म जना जन्म व्यर्थ जान दे बराबर है। जल थल महीर पूरिया ओ परमात्मा जल विच थल विच पाव आकाश विच पताल विच मात लोक विच कण कण विच परमात्मा रमिया होया पर फिर भी सानू दिखाई नहीं पै रहा। हर पासे होने के बावजूद भी सानू दिखाई नहीं पै रहा। साहब कहन लगे जिहड़ा हर पासे रमिया होया तू उहनूं याद क्यों नहीं करदा। सो प्रभ चित ना आवई जे तेरे परमात्मा दी याद ना आई कितना दुख गणा तेरे जीनों जे किन्ना दुख पैदा हो सकदा वो बयान नहीं कीता जा सकदा। जिन्नी रावया सो प्रभु जिन्ना ने अपने अकाल पुरख वाहिगुरु नूं अपने गुरु नूं अपने परमेश्वर नूं ध्याया है ना तिन्ना भाग मणा ओ वड्डे भागां वाले बणे जो जिन्ना ने ध्याया। असीं इह भी कही जांदे फलाणा भागां वाला फलाणा भागां वाला जिहड़े परमात्मा नूं याद करदे ने ओह परम भागां वाले बणदे। जिहड़ा बच्चा मेहनत करके डिग्री प्राप्त करदा है उहनूं कहिंदे ने बड़े भागां वाला चंगे नंबर लै के पास होया। जिहने डिग्रियां लै के वड्डियां पोस्टां ते पहुंचे उहनूं असीं कहिंदे भागां वाला तेने इन्नी वड्डी नौकरी मिल गई। सतगुरु सच्चे पातशाह बणके सब तों वड्डे भाग गुरसिखां के ਸਾਰਿਆਂ ਤੋਂ ਵੱਡੇ ਭਾਵ ਗੁਰੂ ਦੇ ਸਿੱਖਾਂ ਦੇ ਨੇ ਜੋ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰੂ ਦੀ ਸ਼ਰਨ ਵਿੱਚ ਬੈਠ ਕੇ ਗੁਰੂ ਦੇ ਉਪਦੇਸ਼ ਨੂੰ ਸਮਝ ਕੇ ਆਪਣੇ ਵੱਡੇ ਭਾਵ ਬਣਾਉਣ ਦਾ ਯਤਨ ਕਰਦੇ। ਪਰਮਾਤਮਾ ਨੇ ਸਾਨੂੰ ਅਵਸਰ ਦਿੱਤਾ ਹੈ ਵੱਡੇ ਭਾਗਾਂ ਵਾਲੇ ਬਣਨ ਦਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮਾੜੇ ਭਾਗਾਂ ਵਾਲਾ ਕੌਣ ਹੈ? ਵੱਡੇ ਭਾਗਾਂ ਵਾਲਾ ਤੇ ਸਾਰੇ ਆਦਿ ਕਹੋ ਵੱਡੇ ਭਾਗਾਂ ਵਾਲਾ ਵੱਡੇ ਭਾਗਾਂ ਵਾਲੇ ਮਾੜੇ ਭਾਗਾਂ ਵਾਲਾ ਕੌਣ ਹੈ? ਹੁਣ ਮਾੜੇ ਭਾਗਾਂ ਵਾਲੇ ਬਾਰੇ ਵੀ ਗੁਰੂ ਦੇ ਬਚਨ ਸੁਣ ਲਈ। ਜਿਸਨੂੰ ਵਿਸਰੇ ਪ੍ਰਾਣ ਪਤ ਜਿਸਨੂੰ ਵਿਸਰੇ ਪ੍ਰਾਣ ਪਤ ਪ੍ਰਾਣ ਪਤ ਦਾ ਮੀਨਿੰਗ ਹੈ ਜਿਹੜਾ ਸਾਡੇ ਪ੍ਰਾਣਾਂ ਦਾ ਆਸਰਾ ਜਿਸਨੂੰ ਉਹ ਪ੍ਰਾਣ ਪਤ ਅਕਾਲ ਪੁਰਖ ਵਾਹਿਗੁਰੂ ਵਿਸਰ ਗਿਆ ਹੈ। ਸੋਈ ਗੁਣੋ ਅਭਾਗਾ ਉਹ ਮਨੁੱਖ ਅਭਾਗਾ ਹੈ ਜਿਹਨੂੰ ਪਰਮਾਤਮਾ ਦੀ ਯਾਦ ਵਿਸਰ ਗਈ ਤੇ ਜਿਹਦੇ ਮਨ 'ਚ ਪਰਮਾਤਮਾ ਦੀ ਯਾਦ ਆ ਬਣੀ ਉਹ ਭਾਗਾਂ ਵਾਲਾ ਬਣ ਗਿਆ। ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਹੇ ਨਾਨਕ ਮੇਰੇ ਮਨ ਵਿੱਚ ਪਰਮਾਤਮਾ ਦੇ ਦਰਸ਼ਨਾਂ ਦੀ ਬੜੀ ਪਿਆਸ ਹੈ। ਚੇਤ ਮਲਾਏ ਸੋ ਪ੍ਰਭੂ ਤਿਸ ਕੇ ਪਾਏ ਲਗਾ ਹੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਦੇ ਹੋ ਇਹ ਜ਼ਿੰਦਗੀ ਦਾ ਜੋ ਨਵਾਂ ਮਹੀਨਾ ਇੱਕ ਨਵਾਂ ਸਾਲ ਇੱਕ ਨਵਾਂ ਦਿਨ ਆਰੰਭ ਹੋਇਆ ਹੈ ਨਾ ਇਹ ਚੇਤ ਤੋਂ ਮੇਰੇ ਚੇਤਾ ਰਵੇ ਕਿ ਮੈਂ ਮਾਲਕ ਦੀ ਯਾਦ 'ਚ ਜੁੜਨਾ ਹੈ। ਮੇਰੇ ਚਿੱਤ ਚੇਤੇ ਵਿੱਚ ਗੁਰੂ ਦਾ ਉਪਦੇਸ਼ ਵਸ ਜਾਏ ਕੋਈ ਰੱਬ ਦਾ ਪਿਆਰ ਵਾਲਾ ਮੇਰੇ ਮਨ ਵਿੱਚ ਪਰਮਾਤਮਾ ਦਾ ਉਪਦੇਸ਼ ਜਿਹੜਾ ਕਰਾ ਦੇਵੇ ਮੈਂ ਉਹਦੇ ਪੈਰੀ ਪੈਂਦਾ। ਸੋ ਅੱਜ ਦੇ ਪਾਵਣ ਵਾਕ ਦੀ ਜੋ ਟੇਕ ਹੋਮ ਮੈਸੇਜ ਹੈ ਉਹ ਅਸਾਂ ਨੇ ਲੈ ਕੇ ਜਾਣਾ ਹੈ ਕਿ ਅਸੀਂ ਆਪਣੇ ਕਰਮਾਂ ਕਰਕੇ ਪਰਮਾਤਮਾ ਤੋਂ ਦੂਰ ਹੁੰਦੇ ਜਾ ਰਹੇ ਹਾਂ। ਪਰਮਾਤਮਾ ਸਾਡੋਂ ਕਦੀ ਨਹੀਂ ਦੂਰ ਹੋਇਆ। ਦੂਸਰਾ ਪਰਮਾਤਮਾ ਤੋਂ ਬਿਨਾਂ ਸਾਡਾ ਕੋਈ ਵੀ ਆਸਰਾ ਨਹੀਂ। ਇੱਕ ਪਰਮਾਤਮਾ ਹੀ ਸਹਾਰਾ। ਪਰਮਾਤਮਾ ਦੀ ਯਾਦ ਸਾਡੇ ਮਨ ਵਿੱਚ ਆਨੰਦ ਪੈਦਾ ਕਰਦੀ ਹੈ ਤਾਂ ਅਸੀਂ ਪਰਮਾਤਮਾ ਵਾਲੇ ਗੁਣਾਂ ਨੂੰ ਮਨ ਵਿੱਚ ਟਿਕਾ ਕੇ ਜੀਵਨ ਨੂੰ ਆਨੰਦਮਈ ਬਣਾਉਣਾ ਹੈ। ਸੋ ਅੱਜ ਦੀ ਕਥਾ ਦਾ ਜੋ ਕੰਕਲੂਜ਼ਨ ਹੈ ਜੋ ਅੱਜ ਦੇ ਨਵੇਂ ਸਾਲ ਦਾ ਸਾਨੂੰ ਮੈਸੇਜ ਹੈ ਉਹ ਇਹੀ ਹੈ ਚੇਤ ਗੋਬਿੰਦ ਆਰਾਧਿਐ ਹੋਵੇ ਆਨੰਦ ਘਣਾ। ਹੁਣ ਆਨੰਦ ਅਸੀਂ ਲਿਆਉਣਾ ਹੈ ਤੇ ਕਿਵੇਂ ਲਿਆਉਣਾ ਹੈ? ਪਰਮਾਤਮਾ ਨੂੰ ਚੇਤੇ ਕਰਕੇ। ਚੇਤ ਦਾ ਮਹੀਨਾ ਸਾਨੂੰ ਯਾਦ ਹੀ ਪਰਮਾਤਮਾ ਦੀ ਦਿਲਾ ਰਿਹਾ। ਚੇਤ ਦਾ ਮੀਨਿੰਗ ਚੇਤਾ ਕਰਨਾ ਸਿੱਧੀ ਜੀ ਗੱਲ। ਕਿਸ ਨੂੰ? ਪਰਮੇਸ਼ਰ ਨੂੰ। ਜਦੋਂ ਉਹਨੂੰ ਯਾਦ ਕਰਾਂਗੇ ਹੋਵੇ ਆਨੰਦ ਘਣਾ ਤੇ ਜੀਵਨ 'ਚ ਆਨੰਦ ਘਣਾ ਆਨੰਦ ਪੈਦਾ ਕਰਨ ਵਾਸਤੇ ਸੰਤ ਜਨਾਂ ਨੂੰ ਪਾਈ ਆਪ ਜੈਸੇ ਸਤਸੰਗੀ ਜਨਾਂ ਦੇ ਜੀਵਨ ਨੂੰ ਵੇਖ ਕੇ ਮਨ 'ਚ ਚਾਓ ਪੈਦਾ ਹੁੰਦਾ ਹੈ। ਜੇ ਉਹ ਇੱਕ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਮੈਂ ਵੀ ਇੱਕ ਕਰਾਂ। ਜੇ ਮੈਂ ਨਹੀਂ ਕਰਦਾ ਤਾਂ ਮੈਨੂੰ ਵੀ ਇੱਕ ਕਰਨਾ ਚਾਹੀਦਾ ਹੈ। ਜੋ ਉਹ ਵੀ ਟਾਈਮ ਕੱਢ ਕੇ ਗੁਰਦੁਆਰੇ ਜਾਂਦਾ ਤਾਂ ਮੈਂ ਵੀ ਗੁਰਦੁਆਰੇ ਜਾਇਆ ਕਰਾਂ। ਉਹ ਟਾਈਮ ਕੱਢ ਕੇ ਕਥਾ ਸੁਣ ਲਈ ਜਾਂਦਾ ਤਾਂ ਮੈਂ ਵੀ ਕਥਾ ਸੁਣ ਲਈ ਜਾਇਆ ਕਰਾਂ। ਜੇ ਉਹ ਟਾਈਮ ਕੱਢ ਕੇ ਕੀਰਤਨ ਸੁਣ ਲਈ ਜਾਂਦਾ ਹੈ ਤਾਂ ਮੈਂ ਵੀ ਜਾਇਆ ਕਰਾਂ। ਜਿਸ ਦਿਨ ਸਾਡੇ ਮਨ 'ਚ ਇਹ ਵਿਚਾਰ ਬਣ ਜਾਏਗੀ ਸਾਡੇ ਹੋ ਜਾਣਗੇ ਲੋਕ ਸੁਖੀ ਪ੍ਰਲੋਕ ਸਹੇਲੇ ਨਾਨਕ ਹਰ ਪ੍ਰਭਾਪੇ ਮਿਲੇ ਕੁਲ ਚੁਗ ਤੇਰੀ ਖਿਮਾ ਖਿਮਾ ਕਰਦੇ ਪਰਵਾਰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।